ਸੱਚੀ ਪ੍ਰੀਤੀ ਜੀ ਮੈਂ ਤੇਰੇ ਨਾਲ ਜੋੜੀ ਸੱਚੀ ਪ੍ਰੀਤੀ ਜੀ ਮੈਂ ਤੇਰੇ ਨਾਲ ਜੋੜੀ ਬਾਬਾ ਜੀ ਦੀ ਕਿਰਪਾ ਰਹੀ ਹੈ। ਭਾਵੇਂ ਬੱਸਾਂ 'ਚ ਸਫ਼ਰ ਕਿਵੇਂ ਕੀਤਾ ਹੈ, ਭਾਵੇਂ ਭੁੱਖੇ ਰਹੇ, ਪਰ ਬਾਬਾ ਜੀ ਦਾ ਜਿਹੜਾ ਹੁਕਮ ਸੀ ਕੀਰਤਨ ਕਰਦਿਆਂ ਮਾਇਆ ਨਹੀਂ ਲੈਣੀ, ਪੈਸਾ ਕਿਸੇ ਤੋਂ ਵੀ ਨਹੀਂ ਫੜਿਆ, ਕੋਈ ਮਾਇਆ ਨਹੀਂ ਮੇਰੇ ਕੋਲ। ਉਹ ਗ੍ਰੰਥੀ ਸਿੰਘ ਕਿਤੇ ਕਿਤੇ ਮੈਨੂੰ ਲੈ ਜਾਂਦਾ ਇੱਧਰ ਉੱਪਰ ਪਹਾੜਾਂ ਨੂੰ ਬਰਫ਼ ਵਾਲੇ ਪਾਸੇ, ਕਿਤੇ ਇੱਕ ਵਸ਼ਿਸ਼ਟ ਮੁਨੀ ਦੀ ਜਗ੍ਹਾ ਕਿਤੇ ਉੱਧਰ ਜਾ ਆਉਣਾ। ਇਵੇਂ 15 ਕੁ ਦਿਨ ਲੰਘੇ ਸਾਡੇ ਉੱਥੇ, 15 ਦਿਨਾਂ ਬਾਅਦ ਕੀਰਤਨ ਕਰ ਰਿਹਾ ਸੀ ਸੱਚੀ ਪ੍ਰੀਤੀ ਜੀ ਮੈਂ ਤੇਰੇ ਨਾਲ ਜੋੜੀ। ਇੱਕ ਕਾਗਜ਼ ਦਾ ਟੁਕੜਾ ਵਾਜੇ 'ਤੇ ਰੱਖਤਾ ਕਿਸੇ ਨੇ, ਉੱਥੇ ਮੇਰਾ ਨਾਂ ਲਿਖ ਕੇ ਥੱਲੇ ਲਿਖਿਆ ਹੈ ਵੀ ਬਾਬਾ ਜੀ ਦੀ ਦਿੱਤੀ ਹੋਈ ਚਿੱਠੀ ਮੇਰੇ ਕੋਲ ਹੈ, ਨਾਲ ਬਾਬਾ ਜੀ ਨੇ ਕਿਰਾਇਆ ਦਿੱਤਾ ਹੈ, ਅਤੇ ਇਹ ਮੈਂ ਢਾਲ 'ਤੇ ਕੁੱਲੂ ਢਾਲ 'ਤੇ ਮੇਰੀ ਦੁਕਾਨ ਹੋਏਗੀ, ਉੱਥੇ ਸਮਾਨ ਲਾਇਆ ਹੋਏਗਾ, ਉੱਥੇ ਆਣ ਕੇ ਮੇਰੇ ਕੋਲ ਬਾਬਾ ਜੀ ਦੀ ਚਿੱਠੀ ਲੈ ਲਓ, ਨਾਲੇ ਕਿਰਾਇਆ ਲੈ ਲਓ। ਆਖੋ ਸਤਨਾਮ ਸੀ। ਮੈਂ ਉਸੇ ਸਮੇਂ ਤਿਆਰੀ ਕੀਤੀ। ਉਹ ਸਾਰੇ ਮਨਾਲੀ ਵਾਲੇ ਕਹਿਣ ਲੱਗੇ ਵੀ ਨਹੀਂ ਜਾਣ ਨਹੀਂ ਦੇਣਾ। ਮੈਂ ਕਿਹਾ ਮੈਂ ਹੁਣ ਜਾ ਕੇ ਫਿਰ ਆ ਜਾਵਾਂਗਾ, ਪਰ ਹੁਣ ਇੱਕ ਵਾਰੀ ਮੈਂ ਜ਼ਰੂਰ ਜਾਣਾ। ਉਹ ਕਹਿੰਦੇ ਨਹੀਂ ਤੁਸੀਂ ਨਾ ਜਾਓ। ਫਿਰ ਉੱਥੇ ਇੱਕ ਦੁਕਾਨ ਵਾਲੇ ਨੇ ਮੈਨੂੰ ਬਾਬਾ ਜੀ ਵਾਸਤੇ ਜਰਾਬਾਂ ਦਿੱਤੀਆਂ ਵੀ ਇਹ ਇੱਥੋਂ ਬਾਬਾ ਜੀ ਵਾਸਤੇ ਲੈ ਲਓ ਜਰਾਬਾਂ। ਉੱਥੋਂ ਦਾਸ ਕੁੱਲੂ ਆ ਗਿਆ, ਕੁੱਲੂ ਢਾਲ 'ਤੇ ਉਹਨਾਂ ਨੇ ਦੁਕਾਨ ਲਾਈ ਭਾਈ ਮਾਨ ਸਿੰਘ ਨੇ। ਉਹਨਾਂ ਨੇ ਬਾਬਾ ਜੀ ਦੀ ਲਿਖੀ ਹੋਈ ਚਿੱਠੀ ਦਾਸ ਨੂੰ ਫੜਾਈ। ਉਸ ਚਿੱਠੀ ਦੇ ਵਿੱਚ ਲਿਖਿਆ ਹੈ, ਗਿਆਨੀ ਸੁਖਦੇਵ ਸਿੰਘ ਜੀ ਸਤਿ ਸ੍ਰੀ ਅਕਾਲ। ਬਾਬਾ ਜੀ ਨੇ ਉੱਥੇ ਗਿਆਨੀ ਲਫ਼ਜ਼ ਲਿਖਿਆ, ਕਹਿੰਦੇ ਗਿਆਨੀ ਸੁਖਦੇਵ ਸਿੰਘ ਜੀ ਸਤਿ ਸ੍ਰੀ ਅਕਾਲ, ਚਿੱਠੀ ਸੁਣਦੇ ਚਿੱਠੀ ਪੜ੍ਹਦੇ ਸਾਰ ਜ਼ਰੂਰ ਆ ਜਾ, ਤੇਰੇ ਮਾਂ ਪਿਓ ਮਰ ਜਾਣਗੇ ਰੋ ਰੋ ਕੇ, ਜਿਸ ਦਿਨ ਦਾ ਤੂੰ ਗਿਆ ਹੈ ਉਸ ਦਿਨ ਦੇ ਅਸੀਂ ਵੀ ਬਿਮਾਰ ਹਾਂ, ਜੇ ਤੂੰ ਜਾਣਾ ਸੀ ਸਾਨੂੰ ਦੱਸ ਜਾਂਦੋ, ਕਿਰਾਇਆ ਖਰਚ ਲੈ ਜਾਂਦਾ, ਤੂੰ ਗਲਤੀ ਕੀਤੀ ਹੈ ਚੋਰੀ ਚਲਾ ਗਿਆ, ਭੁੱਲ ਚੁੱਕ ਮਾਫ਼ ਕਰਨੀ, ਦਾਸ ਕੁੰਦਨ ਸਿੰਘ। ਇਹ ਬਾਬਾ ਜੀ ਦੇ ਬਚਨ ਉਸ ਚਿੱਠੀ ਦੇ, ਚਿੱਠੀ ਤਾਂ ਮੇਰੇ ਤੋਂ ਗੁੰਮ ਹੋ ਗਈ ਪਰ ਬਚਨ ਉਹ ਸਾਰੇ ਹਿਰਦੇ 'ਚ ਲਿਖੇ ਗਏ। ਇਹਦੇ ਵਿੱਚ ਕੋਈ ਸਿਹਾਰੀ ਬਿਆਰੀ ਕਨੋੜੇ ਦਾ ਫਰਕ ਨਹੀਂ, ਜਿੱਥੇ ਬਾਬਾ ਜੀ ਨੇ ਜਾਂਦੋ ਲਿਖਿਆ ਉੱਥੇ ਮੈਂ ਜਾਂਦੋ ਹੀ ਬੋਲਿਆ। ਗਿਆਨੀ ਸੁਖਦੇਵ ਸਿੰਘ ਜੀ ਸਤਿ ਸ੍ਰੀ ਅਕਾਲ, ਚਿੱਠੀ ਪੜ੍ਹਦੇ ਸਾਰ ਜ਼ਰੂਰ ਆ ਜਾ, ਤੇਰੇ ਮਾਂ ਪਿਓ ਮਰ ਜਾਣਗੇ ਰੋ ਰੋ ਕੇ, ਜਿਸ ਦਿਨ ਦਾ ਤੂੰ ਗਿਆ ਏ ਉਸ ਦਿਨ ਦੇ ਅਸੀਂ ਵੀ ਬਿਮਾਰ ਹਾਂ, ਜੇ ਤੂੰ ਜਾਣਾ ਸੀ ਸਾਨੂੰ ਦੱਸ ਜਾਂਦੋ, ਕਿਰਾਇਆ ਖਰਚ ਲੈ ਜਾਂਦਾ, ਤੂੰ ਗਲਤੀ ਕੀਤੀ ਏ ਚੋਰੀ ਚਲਾ ਗਿਆ ਏ, ਭੁੱਲ ਚੁੱਕ ਮਾਫ਼ ਕਰਨੀ, ਦਾਸ ਕੁੰਦਨ ਸਿੰਘ। ਆਪਣੇ ਆਪ ਨੂੰ ਦਾਸ ਅਤੇ ਮੈਨੂੰ ਕਿਹਾ ਨਹੀਂ, ਭੁੱਲ ਚੁੱਕ ਮਾਫ਼ ਕਰਨੀ। ਉਦੋਂ ਹੀ ਮੇਰਾ ਮਨ ਭਰ ਆਇਆ ਚਿੱਠੀ ਪੜ੍ਹਦਿਆਂ ਹੀ। 50 ਰੁਪਈਏ ਉਹਨੇ ਬਾਬਾ ਜੀ ਨੇ ਦਿੱਤੇ ਸੀ, ਉਹ 50 ਰੁਪਈਏ ਮੈਂ ਲੈ ਲਏ।
ਉੱਥੋਂ ਫਿਰ ਮੈਂ ਪੁੰਤਰ ਤੋਂ ਮਣੀਕਰਨ ਗਿਆ। ਰਾਤ ਮੈਂ ਕਿਹਾ ਇੱਥੇ ਰਹਿ ਕੇ ਫਿਰ ਸਵੇਰੇ ਨਿਕਲਾਂਗੇ। ਮਣੀਕਰਨ ਮਹਾਂਪੁਰਸ਼ ਬਾਬਾ ਨਰਾਇਣ ਹਰੀ ਜੀ ਸਨ, ਗੁਰਦੁਆਰਾ ਬਣਾ ਰਹੇ ਸਨ, ਸਾਰੀ ਸੇਵਾ ਕਰ ਰਹੇ ਸਨ। ਦਾਸ ਨੇ ਬੜੀ ਮਨ ਨੂੰ ਖੁਸ਼ੀ ਹੋਈ ਉਹਨਾਂ ਦੇ ਦਰਸ਼ਨ ਕਰਕੇ। ਸਵੇਰੇ ਮਹਾਂਪੁਰਖ ਮੰਦਰ 'ਚ ਵੀ ਜਾ ਕੇ ਪੂਜਾ ਕਰਦੇ ਸੀ, ਗੁਰਦੁਆਰੇ ਵੀ ਆਰਤੀ ਕੀਰਤਨ ਵਗੈਰਾ ਕਰਦੇ ਸੀ। ਜਦੋਂ ਮੰਦਰ ਤੋਂ ਬਾਹਰ ਨਿਕਲੇ ਆ, ਸ਼ਿਵਜੀ ਦੇ ਮੰਦਰ ਤੋਂ ਬਾਹਰ, ਅਤੇ ਮਹਾਂਪੁਰਸ਼ਾਂ ਨੇ ਬਾਬਾ ਨਰਾਇਣ ਹਰੀ ਜੀ ਨੇ ਕਿਹਾ ਵੀ ਇੱਕ ਇੱਥੇ ਬੱਚਾ ਆਇਆ ਹੈ, ਉਹਨੇ ਚੋਲਾ ਪਾਇਆ, ਉਹਨੂੰ ਲੈ ਕੇ ਆ। ਮੇਰੇ ਵੀ ਮਨ ਵਿੱਚ ਇੱਛਾ ਕਿ ਮੈਂ ਸੰਤਾਂ ਨੂੰ ਮਿਲਣਾ। ਮੈਨੂੰ ਬਾਬਾ ਨਰਾਇਣ ਹਰੀ ਜੀ ਕਹਿਣ ਲੱਗੇ ਵੀ ਤੇਰਾ ਬਾਣਾ ਦੱਸ ਰਿਹਾ ਹੈ, ਤੂੰ ਨਾਨਕ ਸਰੋਂ ਹੈ? ਮੈਂ ਕਿਹਾ ਜੀ ਨਾਨਕ ਸਰੋਂ। ਜਾਣਾ ਹੈ ਕਿ ਰਹਿਣਾ ਹੈ? ਮੈਂ ਕਿਹਾ ਜੀ ਮੈਂ ਜਾਣਾ ਹੈ। ਕਹਿੰਦੇ ਜੇ ਜਾਣਾ ਹੈ ਨਾ, ਕਿਹੜੇ ਮਹਾਂਪੁਰਸ਼ਾਂ ਕੋਲ ਰਹਿੰਦਾ? ਮੈਂ ਕਿਹਾ ਜੀ ਬਾਬਾ ਕੁੰਦਨ ਸਿੰਘ ਜੀ ਕੋਲ। ਕਹਿੰਦੇ ਅਸੀਂ ਨਾਨਕ ਸਰ ਗਏ ਸੀ, ਪਰ ਉੱਥੇ ਲੰਗਰ ਦਾ ਬਹੁਤ ਹੀ ਮਾੜਾ ਹਾਲ ਹੈ, ਲੰਗਰ ਨਹੀਂ ਮਿਲਦਾ। ਉਦੋਂ ਬਹੁਤ ਸਾਦਗੀ ਸੀ ਨਾਨਕ ਸਰ। ਕਹਿਣ ਲੱਗੇ ਸਾਡੇ ਵੱਲੋਂ ਬਾਬਾ ਕੁੰਦਨ ਸਿੰਘ ਜੀ ਨੂੰ ਬੇਨਤੀ ਕਰਨੀ ਕਿ ਲੰਗਰ ਦੀ ਵਧੀਆ ਮਰਿਆਦਾ ਚਲਾਉਣ, ਉੱਥੇ ਲੰਗਰ ਮਿਲੇ ਸਭ ਨਾ। ਜੇ ਕਿਸੇ ਨੂੰ ਰੋਟੀ ਮਿਲ ਗਈ ਤਾਂ ਦਾਲ ਨਹੀਂ ਮਿਲਦੀ, ਜੇ ਰੋਟੀ ਦਾਲ ਮਿਲ ਗਈ, ਪਾਣੀ ਤਾਂ ਕਿਸੇ ਨੂੰ ਮਿਲਣ ਦਾ ਸਵਾਲ ਹੀ ਨਹੀਂ, ਉੱਥੇ ਭਾਂਡਾ ਤਾਂ ਦਿੰਦੇ ਹੀ ਨਹੀਂ, ਰੋਟੀ ਪਾਣੀ ਵੀ ਚਾਹ ਚੂ ਵੀ ਨਹੀਂ ਮਿਲਦੀ। ਕਹਿੰਦੇ ਅਸੀਂ ਉੱਥੇ ਰਹੇ ਹਾਂ ਇੱਕ ਦਿਨ, ਪਰ ਸਾਨੂੰ ਲੰਗਰ ਦੀ ਬੜੀ ਮੁਸ਼ਕਲ ਆਈ ਹੈ, ਬਾਬਾ ਕੁੰਦਨ ਸਿੰਘ ਜੀ ਨੂੰ ਅਰਜ਼ ਕਰਿਓ ਕਿ ਲੰਗਰ ਵਧੀਆ ਚਲਾਉਣ। ਬਾਬਾ ਆਨੰਦ ਸਿੰਘ ਜੀ ਵੇਲੇ ਦੀ ਮਰਿਆਦਾ ਉਦੋਂ ਉਵੇਂ ਸੀ, ਪਰ ਹੁਣ ਤਾਂ ਆਪਾਂ ਕਮਰੇ ਵਧੀਆ ਬਣਾ ਲਏ, ਰਹਿਸ਼ ਵਧੀਆ ਬਣਾ ਲਈ, ਸਭ ਕੁਝ ਵਧੀਆ ਕਰ ਲਿਆ, ਹੁਣ ਲੰਗਰ ਵੀ ਵਧੀਆ ਕਰ ਲਈ। ਇਹ ਉਹਨਾਂ ਨੇ ਉਸ ਸਮੇਂ ਦਾਸ ਨੂੰ ਬੁਲਾ ਕੇ ਇਹ ਸੰਦੇਸ਼ ਬਾਬਾ ਕੁੰਦਨ ਸਿੰਘ ਜੀ ਨੂੰ ਦੇਣ ਵਾਸਤੇ ਇਹ ਦਿੱਤਾ ਹੈ ਸੰਦੇਸ਼। ਉੱਥੋਂ ਦਾਸ ਬੈਠਾ ਹੈ ਅਤੇ ਰਾਤ ਲੁਧਿਆਣੇ ਨਹਿਰ ਵਾਲੇ ਗੁਰਦੁਆਰੇ ਪਹੁੰਚ ਗਿਆ ਮੈਂ। ਮਣੀਕਰਨ ਤੋਂ ਸਵੇਰੇ ਚੱਲ ਕੇ ਨਹਿਰ ਵਾਲੇ ਗੁਰਦੁਆਰੇ ਜਿੱਥੇ ਰਹਿੰਦਾ ਸੀ ਪਹਿਲਾਂ, ਉੱਥੇ ਜਦੋਂ ਮੈਂ ਮੋਟਰ ਸੀ ਇੱਧਰ ਇੱਕ ਪਾਸੇ ਲੱਗੀ ਅਤੇ ਉੱਥੇ ਸਿੱਧਾ ਹੀ ਇਸ਼ਨਾਨ ਕਰੀਦਾ ਸੀ। ਜੋ ਮੋਟਰ ਦੇ ਥੱਲੇ ਇਸ਼ਨਾਨ ਕੀਤਾ ਅਤੇ ਇੱਕ ਪਾਸੇ ਸਾਬਣ ਰੁੜੀ ਜਾਵੇ ਪਾਣੀ ਪੈ ਕੇ, ਇੱਕ ਪਾਸੇ ਤੇਲ 'ਚ ਪਾਣੀ ਪਈ ਜਾਵੇ ਬਾਟੀ 'ਚ ਪਿਆ। ਮੈਂ ਕਿਹਾ ਉੱਥੇ 15 ਦਿਨਾਂ ਵਾਸਤੇ ਪ੍ਰਧਾਨ ਅਤੇ ਸੈਕਟਰੀ ਦੀ ਸਿਫਾਰਸ਼ ਨਾਲ ਤੇਲ ਸਾਬਣ ਲਿਆ ਸੀ ਅਤੇ ਨਾਲ ਕੀਰਤਨ ਕਰਨ ਦੀ ਡਿਊਟੀ ਕਰਨ ਦੀ ਸ਼ਰਤ ਰੱਖੀ ਸੀ। ਮੈਂ ਕਿਹਾ ਬਾਬਾ ਜੀ ਦੇ ਘਰ ਵਿੱਚ ਐਵੇਂ ਹੀ ਰੁੜਦਾ ਜਾ ਰਿਹਾ। ਉੱਥੋਂ ਫਿਰ ਸਵੇਰੇ ਇੱਥੇ ਆਇਆ ਮੈਂ, ਬੱਸ ਅੱਡੇ ਉੱਤਰ ਕੇ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਕੋਲ ਗਿਆ ਮੈਂ ਬਾਗ ਵਿੱਚ, ਨਕੋਦਰ ਵਾਲੇ ਸੰਤ ਬਾਬਾ ਲੱਡੂ ਜੀ, ਉਹਨਾਂ ਨੇ ਜਾ ਕੇ ਦੱਸਿਆ ਮੇਰੇ ਬਾਰੇ ਵੀ ਆ ਗਿਆ ਬਾਬਾ ਜੀ ਇਸ ਤਰ੍ਹਾਂ। ਬਾਹਰ ਨੂੰ ਜਦੋਂ ਆਏ ਤਾਂ ਮੈਂ ਮਾੜਾ ਜਿਹਾ ਸ਼ਰਮ ਮੰਨਦਾ ਜਾਂ ਕੋਈ ਮੰਨਦਾ, ਮਾੜਾ ਜਿਹਾ ਉਹਲੇ ਹੋਇਆ, ਫਿਰ ਮੈਂ ਸਾਹਮਣੇ ਹੋ ਗਿਆ। ਬਾਬਾ ਜੀ ਵੇਖ ਕੇ ਮੁਸਕਰਾਏ ਨੇ ਅਤੇ ਕੁਝ ਨਹੀਂ ਆਖਿਆ ਬਾਬਾ ਜੀ। ਇੰਨਾ ਖੁਸ਼ੀ ਦਿੱਤੀ ਹੈ ਮਿਲ ਕੇ। ਉਸ ਤੋਂ ਬਾਅਦ ਬਾਬਾ ਜੀ ਨਿਤਨੇਮ ਕਰਨ ਜਾਂਦੇ ਹੁੰਦੇ ਸੀ ਰੋਜ਼ਾਨਾ ਇੱਕ ਘੰਟਾ। ਬਾਬਾ ਜੀ ਨਿਤਨੇਮ ਕਰਕੇ ਜਦੋਂ ਆਏ ਵਾਪਸ ਤੇ ਪੂਰੇ ਗੁੱਸੇ ਦੇ ਵਿੱਚ ਚਿਹਰਾ ਲਾ, ਜਦੋਂ ਬਾਬਾ ਜੀ ਨੇ ਬੜਾ ਮੈਨੂੰ ਹੱਸ ਕੇ ਬੁਲਾਇਆ ਤੇ ਮੇਰੇ ਮਨ ਵਿੱਚ ਵੀ ਉਸ ਸਮੇਂ ਹੰਕਾਰ ਸ਼ੁਰੂ ਹੋ ਗਿਆ, ਆਖੋ ਸਤਨਾਮ ਸ੍ਰੀ। ਹਉਮੈ ਇਹ ਸੀ ਕਿ ਸਾਰਿਆਂ ਵਿਹੰਗਮਾਂ ਵਿੱਚੋਂ ਮੈਂ ਹੀ ਹਾਂ ਜਿਹਨੇ ਬਾਬਾ ਜੀ ਦਾ ਹੁਕਮ ਇਸ ਤਰ੍ਹਾਂ ਮੰਨਿਆ। ਹੁਕਮ ਹੁੰਦਾ ਗਿਆ, ਕਿਰਾਇਆ ਨਹੀਂ ਵੇਖਿਆ, ਕੋਈ ਨਹੀਂ ਵੇਖਿਆ, ਪਰ ਚਲਾ ਗਿਆ ਮੈਂ ਪਹਾੜਾਂ 'ਚ। ਪਹਿਲੋਂ ਬਾਬਾ ਜੀ ਮੁਸਕਰਾ ਕੇ ਮਿਲਿਆ, ਹਉਮੈ ਆਉਣ ਤੋਂ ਬਾਅਦ ਬਾਬਾ ਜੀ ਦਾ ਅੱਖਾਂ ਵੀ ਲਾਲ ਨੇ, ਚਿਹਰਾ ਵੀ ਲਾਲ। ਬਾਬਾ ਜੀ ਕਹਿਣ ਲੱਗੇ ਮਾਂ ਪਿਓ ਨੂੰ ਮਿਲਿਆ ਜਾ ਕੇ, ਜਿੱਥੇ ਮਰਜ਼ੀ ਧੱਕੇ ਖਾਈ ਅਸੀਂ ਨਹੀਂ ਰੱਖਣਾ ਇੱਥੇ, ਆਖੋ ਸਤਨਾਮ। ਇੱਕ ਨਿਮਰਤਾ ਤੇ ਪਿਆਰ ਦੇ ਵਿੱਚ ਚਿੱਠੀ ਪਾ ਕੇ ਮੰਗਾ ਰਹੇ ਨੇ ਤੇ ਕਿੰਨਾ ਕਿੰਨਾ ਪਿਆਰ ਦੇ ਨਾਲ ਚਿੱਠੀ ਲਿਖ ਰਹੇ ਨੇ। ਅੱਜ ਇੱਕ ਹਉਮੈ ਆ ਅੰਦਰ ਕੇ ਮੈਂ ਬੜਾ ਬਚਨ ਮੰਨਿਆ ਹੈ, ਮੇਰੇ ਵਰਗਾ ਹੋਰ ਨਹੀਂ ਕੋਈ, ਤੇ ਇਹ ਹੁਕਮੇ ਜਿੱਥੇ ਮਰਜ਼ੀ ਧੱਕੇ ਖਾਈ
ਅਸੀਂ ਨਹੀਂ ਇੱਥੇ ਰੱਖਣਾ। ਇਹ ਮਹਾਂਪੁਰਖਾਂ ਆਪ ਨਿਰੰਕਾਰ ਸਰੂਪ ਨੇ, ਇੱਥੇ ਪਿਆਰ ਨਿਮਰਤਾ ਦਾ ਹੀ ਬੁਲਾਵਾ ਹੈ। ਹਰ ਜੋ ਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੇ, ਹੰਕਾਰੀ ਨੂੰ ਕੋਈ ਥਾਂ ਨਹੀਂ ਮੇਰੇ ਘਰ ਵਿੱਚ, ਕਿਵਰ ਨੂੰ ਥਾਂ ਹੈ ਨਹੀਂ। ਗੁਰੂ ਕਲਗੀਧਰ ਪਾਤਸ਼ਾਹ ਆਖਦੇ ਆ, ਮੈਂ ਤਾਂ ਪ੍ਰੇਮ ਦਾ ਹਾਂ ਖਰੀਦਾਰ ਡੰਡਿਆ, ਮੇਰੇ ਘਰ ਵਿੱਚ ਹੰਕਾਰੀਆਂ ਵਾਸਤੇ ਕੋਈ ਥਾਂ ਨਹੀਂ, ਮੈਂ ਤਾਂ ਪ੍ਰੇਮ ਦਾ ਖਰੀਦਿਆ ਹੋਇਆ। ਦਾਸ ਉਸੇ ਤਰ੍ਹਾਂ ਹੀ ਮਨ ਵਿੱਚ ਅਜੇ ਨਹੀਂ ਨਿਕਲੀ। ਪਿੰਡ ਆਇਆ, ਇੱਥੇ ਮਾਤਾ ਪਿਤਾ ਨੂੰ ਮਿਲ ਕੇ ਫਿਰ ਨਾਨਕਸਰ ਆ ਗਿਆ। ਬਾਬਾ ਜੀ ਨੇ ਬਿਲਕੁਲ ਪਾਸਾ ਹੀ ਵੱਟ ਲਿਆ, ਜਿਹੜੇ ਪਾਸੇ ਮੈਂ ਖੜਦਾ ਉਸ ਤੋਂ ਦੂਜੇ ਪਾਸੇ ਨਿਕਲ ਗਿਆ, ਜੇ ਸਾਹਮਣੇ ਖੜਾ ਮੇਰੇ ਵੱਲ ਵੇਖਦੇ ਨਹੀਂ। ਇੱਕ ਦੋ ਦਿਨ ਇਸ ਤਰ੍ਹਾਂ ਬੀਤ ਗਏ, ਬਾਬਾ ਜੀ ਨੇ ਫਿਰ ਸੱਦਿਆ, ਕਹਿਣ ਲੱਗੇ ਵੀ ਇਹਨੂੰ ਇੱਥੋਂ ਤੋਰੋ, ਇੱਥੇ ਕਿਉਂ ਫਿਰਦਾ ਹੈ। ਬੁਲਾਇਆ ਸ਼ਾਮ ਨੂੰ ਬਾਪੂ ਹਮੀਰ ਸਿੰਘ ਜੀ, ਭਾਈ ਗੁਰਮੇਲ ਸਿੰਘ ਜੀ ਤੇ ਬਾਬਾ ਜੀ ਕਮਰੇ 'ਚ ਬੈਠੇ। ਬਾਬਾ ਜੀ ਕਹਿੰਦੇ ਹੰਕਾਰ ਦੀ ਪੰਡ ਚੱਕੀ ਫਿਰਦਾ, ਮੇਰੀ ਉੱਥੇ ਬੜੀ ਪੁੱਛ ਗਈ ਸੀ, ਇਹਨੂੰ ਦਿਓ ਕਿਰਾਇਆ, ਇੱਥੇ ਨਹੀਂ ਰੱਖਣਾ। ਮੈਂ ਕਿਹਾ ਜੀ ਮੈਂ ਕਿੱਥੇ ਜਾਵਾਂ, ਸ਼ਿਮਲੇ ਚਲਾ ਜਾ। ਮੈਂ ਫਿਰ ਮੱਥਾ ਟੇਕਿਆ ਵੀ ਹੁਣ ਵੀ ਬਚਨ ਮੰਨ, ਹੁਣ ਸ਼ਿਮਲੇ ਜਾਵਾਂਗੇ। ਨਕੋਦਰ ਵਾਲੇ ਸੰਤੋ ਚਾਬੀ ਉਹਨਾਂ ਕੋਲ ਆਉਂਦੀ ਸੀ ਸਟੋਰ ਦੀ। ਬਾਬਾ ਜੀ ਕਹਿੰਦੇ ਲੱਡੂ ਇਹਨੂੰ ਕਿਰਾਇਆ ਦੇ ਦੇ। ਉਹਨਾਂ ਨੇ ਜਿੰਨਾ ਬਾਬਾ ਜੀ ਨੇ ਕਿਹਾ ਸੀ 20 ਰੁਪਈਏ, ਪਤਾ ਨਹੀਂ ਕਿੰਨੇ ਉਹ ਦਿੱਤੇ ਮੈਨੂੰ, ਮੈਂ ਮਾਰੇ ਚੱਕ ਕੇ। ਕਹਿੰਦਾ ਬਾਬਾ ਜੀ ਉਹਨੇ ਪੈਸੇ ਤਾਂ ਵਾਪਸ ਸਿੱਟ ਦਿੱਤੇ ਆ। ਬਾਬਾ ਜੀ ਕਹਿੰਦੇ ਉਹਨੂੰ ਪੁੱਛ ਲਾ ਕਿੰਨੇ ਚਾਹੀਦੇ, ਉਹਨੇ ਦੇ ਦੇ। ਉਹ ਮੈਨੂੰ ਕਹਿੰਦਾ ਕਿੰਨੇ ਚਾਹੀਦੇ, ਮੈਂ ਕਿਹਾ 100 ਰੁਪਈਆ ਚਾਹੀਦਾ, ਉਦੋਂ ਬਹੁਤ ਹੁੰਦਾ ਸੀ 100 ਰੁਪਈਆ, 10-15 ਹੀ ਲੱਗੇ ਸੀ ਸ਼ਿਮਲੇ ਤੱਕ। ਉਹਨਾਂ 100 ਰੁਪਈਆ ਦੇ ਦਿੱਤਾ, ਪਰ ਮਨ ਨਾ ਕਰੇ ਜਾਣ ਨੂੰ, ਅਜੇ ਦੇਖਾਂ ਵੀ ਕਿਵੇਂ ਕਰੀਏ। ਇਹ ਕਰੇ ਵੀ ਜਾਣਾ ਹੈ, ਬਚਨ ਮੰਨਣਾ ਹੈ, ਇਹ ਕਰੇ ਵੀ ਹੁਣ ਇੱਥੇ ਹੀ ਰਹਿ ਪਏ ਵੀ ਕਿੱਥੇ ਧੱਕੇ ਖਾਵਾਂਗੇ। ਬਚਨ ਵੀ ਇਹ ਮਹਾਂਪੁਰਖਾਂ ਦਾ, ਜਿੱਥੇ ਮਰਜ਼ੀ ਧੱਕੇ ਖਾਈ, ਹੁਣ ਮਿਲਣੇ ਤਾਂ ਧੱਕੇ ਹੀ ਨਹੀਂ। ਰਾਤੀ ਬਾਬਾ ਜੀ ਨੇ ਹੁਕਮਨਾਮਾ ਲੈਣ ਜਾਣ ਲੱਗੇ ਨੇ, ਭਾਈ ਦਿਆਲ ਸਿੰਘ ਨੂੰ ਕਹਿੰਦੇ ਵੀ ਇੱਥੇ ਆਏ, ਅਜੇ ਇੱਥੇ ਆ ਕੇ ਚਲਾ ਗਿਆ। ਉਹਨਾਂ ਕਹਿੰਦੇ ਜੇ ਇੱਥੇ ਹੀ ਫਿਰਦਾ, ਕਹਿੰਦੇ ਉਹਨੂੰ ਕੁੱਟ ਕੇ, ਜਿਵੇਂ ਨਾ ਜਾਵੇ ਤੇ ਕੁੱਟਣਾ ਹੈ ਤੇ ਕੁੱਟ ਕੇ ਉਹਨੂੰ ਜਿਹੜੀ ਚੀਜ਼ ਹੋਵੇ ਚੜਾ ਦੇਣਾ। ਉਹ ਕਹਿੰਦੇ ਬਾਬਾ ਜੀ ਦਾ ਹੁਕਮ ਹੈ, ਤੇਰੇ 'ਤੇ ਕਟਾਪਾ ਫਿਰੇਗਾ, ਨਿਕਲ ਜਾ ਇੱਥੋਂ। ਮੈਂ ਉੱਥੋਂ ਫਿਰ ਇੱਧਰ ਬਾਬਾ ਸਾਹਿਬ ਸਿੰਘ ਜੀ ਵਾਲੇ ਪਾਸੇ ਸੱਚਖੰਡ ਦੇ ਕੋਲ ਜਿੱਥੇ ਬੋਰਡ ਨੇ, ਉੱਥੇ ਆਇਆ ਅਤੇ ਇੱਕ ਬਿਜਲੀ ਘਰੋਂ ਮੱਥਾ ਟੇਕਣ ਆਇਆ ਸੀ ਸਕੂਟਰ 'ਤੇ, ਉਹਦੇ ਪਿੱਛੇ ਬਹਿ ਕੇ ਮੈਂ ਚਲਾ ਗਿਆ ਜਗਰਾਉਂ, ਵੀ ਰਾਤ ਵਾਲੀ ਬੱਸ 'ਤੇ ਚੜ੍ਹ ਜਾਵਾਂਗੇ ਲੁਧਿਆਣੇ ਨੂੰ, ਅੱਗੇ ਨਿਕਲ ਜਾਵਾਂਗੇ। ਬੇਪਰਵਾਹੀ ਨਾਲ ਮਹਾਂਪੁਰਖਾਂ ਨੇ ਸ਼ਿਮਲੇ ਵੱਲ ਨੂੰ ਤੋਰਿਆ ਹੈ, ਬੇਪਰਵਾਹੀ ਨਾਲ। ਸੰਤ ਚੇਲਿਆਂ ਦੇ ਫਿਕਰ ਕਰਦੇ ਆ, ਪਰ ਜਿਨ੍ਹਾਂ ਨੇ ਚੇਲਿਆਂ ਨੂੰ ਸੁੱਧ ਕਰਨਾ ਹੈ, ਪਤਾ ਨਿਰੰਕਾਰ ਨਾਲ ਹੈ, ਬੇਪਰਵਾਹੀ ਨਾਲ ਕੱਢਦੇ ਇੱਥੋਂ। ਇਹ ਨਹੀਂ ਵੀ ਕਿੱਧਰ ਜਾਏਗਾ, ਕਿੱਥੇ ਰਹੇਗਾ, ਕੀ ਕਰੇਗਾ, ਕਿਹਦੇ ਕੋਲ ਜਾਏਗਾ। ਹਉਮੈ ਹੰਕਾਰ ਨੂੰ ਕੱਢਦੇ ਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੇਵਕ ਨੂੰ ਨਹੀਂ ਕੱਢਦੇ, ਇਹ ਛਿੱਤਰ ਹਉਮੈ ਹੰਕਾਰ ਨੂੰ ਜੁੱਤੀਆਂ ਪੈਂਦੀਆਂ ਨੇ। ਉੱਥੇ ਮੈਂ ਖੜਾ ਰਿਹਾ ਜਾ ਕੇ ਵੀ ਬੱਸ ਇੱਥੋਂ ਬਾਹਰੋਂ ਬਾਹਰ ਨਿਕਲੇਗੀ, ਅਤੇ ਮੈਂ ਬੱਸ ਚਲੀ ਗਈ ਅੰਦਰਲੇ ਅੱਡੇ 'ਤੇ ਜਗਰਾਓਂ ਫਾਟਕਾਂ ਦੇ ਕੋਲ। ਮੈਂ ਉੱਧਰ ਨੂੰ ਤੁਰਿਆ ਅਤੇ ਬੱਸ ਆ ਗਈ ਵਾਪਸ, ਬੱਸ ਵੀ ਨਿਕਲ ਜੀ। ਫਿਰ ਮੈਂ ਉੱਥੇ ਖੜਾ ਰਿਹਾ, ਇੱਕ ਟਰੱਕ ਮਿਲਿਆ ਅਤੇ ਲੁਧਿਆਣੇ ਨਹਿਰ ਵਾਲੇ ਗੁਰਦੁਆਰੇ ਚਲਾ ਗਿਆ। ਮੱਛਰ ਲੜੇ, ਬੁਰਾ ਹਾਲ, ਅਤੇ ਸਮਾਂ ਵੀ ਪਰੇਸ਼ਾਨੀ ਵਾਲਾ। ਉੱਥੋਂ ਫਿਰ ਲੁਧਿਆਣੇ ਤੋਂ ਫਿਰ ਦਾਸ ਅਨੰਦਪੁਰ ਸਾਹਿਬ ਚਲਾ ਗਿਆ। ਉੱਥੇ ਨਾਨਕਸਰ ਇੱਕ ਗੁਰਮੁਖ ਪਿਆਰਾ ਜਿਹਨੂੰ ਪੱਪੂ ਕਹਿੰਦੇ ਸੀ, ਉਹ ਉੱਥੇ ਜੋੜੀ ਵਜਾਉਂਦਾ ਸੀ।
ਉਹਦੇ ਕੋਲ ਜਾ ਕੇ ਮੈਂ ਰਿਹਾ, ਉਹਨੇ ਸਭ ਥਾਵਾਂ ਦੇ ਦਰਸ਼ਨ ਕਰਾਏ। ਮੈਂ ਕਿਹਾ ਵੀ ਮੈਂ ਜਾਣਾ ਸ਼ਿਮਲੇ ਬਾਬਾ ਜੀ ਦਾ ਹੁਕਮ ਹੀ। ਉਹ ਕਹਿੰਦਾ ਨਹੀਂ ਵੀ ਇੱਥੇ ਰਹੋ, ਤੂੰ ਜਿੰਨਾ ਸਮਾਂ ਲਾਉਣਾ ਇੱਥੇ ਲਾ। ਮੈਂ ਕਿਹਾ ਨਹੀਂ, ਬਾਬਾ ਜੀ ਦਾ ਹੁਕਮ ਮੰਨਣਾ। ਅਨੰਦਪੁਰ ਸਾਹਿਬ ਤੋਂ ਚੰਡੀਗੜ੍ਹ ਦੀ ਬੱਸ ਲੈ ਕੇ ਦਾਸ ਸਵੇਰੇ ਤੜਕੇ ਹੀ ਅੰਮ੍ਰਿਤ ਵੇਲੇ ਚਾਹ ਪੀ ਕੇ ਤੁਰ ਪਿਆ ਚੰਡੀਗੜ੍ਹ ਆਇਆ। ਚੰਡੀਗੜ੍ਹੋਂ ਬੱਸ ਲੈ ਕੇ ਮੈਂ ਸ਼ਿਮਲੇ ਪਹੁੰਚ ਗਿਆ। ਸ਼ਿਮਲੇ ਜਾਂਦਿਆਂ ਹੀ ਸਾਰਾ ਸ਼ਿਮਲਾ ਬੰਦ ਹੋ ਗਿਆ। ਉੱਥੇ ਕੋਈ ਝਗੜਾ ਹੋਇਆ ਤੇ ਸਾਰਾ ਸ਼ਹਿਰ ਬੰਦ ਹੋ ਗਿਆ। ਮੈਂ ਕਿਹਾ ਚਲੋ ਇੱਥੇ ਰਾਹ ਵਿੱਚ ਨਹੀਂ ਕੁਝ ਮਿਲਿਆ, ਪੈਸੇ ਕੋਲ ਹੈ, ਉੱਥੇ ਜਾ ਕੇ ਛਕ ਲਾਂਗਾ। ਉੱਥੇ ਮੈਂ ਬਾਜ਼ਾਰਾਂ ਵਿੱਚ ਇੱਕ ਦੋਵਾਂ 'ਚ ਘੁੰਮਿਆ। ਕਹਿੰਦੇ ਜੀ ਅੱਜ ਸਾਰੇ ਬਾਜ਼ਾਰ ਬੰਦ ਹੈ। ਇੱਕ ਮੁੰਡਾ ਕਾਲਜ ਦਾ ਉਹ ਮਾਰ ਦਿੱਤਾ ਗਿਆ ਹੈ, ਕਿਸੇ ਚੱਕਰ ਸੀ ਕਿਸੇ ਲੜਕੀ ਦਾ ਇਸ ਤਰ੍ਹਾਂ, ਉਹਨੂੰ ਮਾਰਤਾ ਤੇ ਸਾਰਾ ਸ਼ਹਿਰ ਬੰਦ ਹੋ ਗਿਆ। ਸਾਰੀਆਂ ਦੁਕਾਨਾਂ 'ਤੇ ਮੈਂ ਗਿਆ ਇੱਕ ਥਾਂ 'ਤੇ ਸਬਜ਼ੀ ਵਾਲੇ ਨੂੰ, ਮੈਂ ਕਿਹਾ ਮੈਨੂੰ ਟਮਾਟਰ ਹੀ ਦੇ ਦੇ ਖਾਣ। ਉਹ ਕਹਿੰਦਾ ਨਹੀਂ ਭਾਈ, ਇੱਥੇ ਮੁੰਡੇ ਫਿਰਦੇ ਕਾਲਜ ਵਾਲੇ, ਅੱਗ ਲਾ ਦੇਣਗੇ ਮੇਰੀ ਦੁਕਾਨ। ਕਿਸੇ ਥਾਂ 'ਤੇ ਕੋਈ ਜਗ੍ਹਾ ਨਹੀਂ ਖੁੱਲ੍ਹੀ। ਫਿਰ ਵਾਪਸ ਮੈਂ ਗੁਰਦੁਆਰੇ ਆਇਆ ਅਤੇ ਗ੍ਰੰਥੀ ਨੂੰ ਮੈਂ ਕਿਹਾ ਵੀ ਮੈਂ ਰੋਟੀ ਖਾਣੀ। ਕਹਿੰਦਾ ਵੀ ਇੱਥੇ ਤਾਂ ਕੋਈ ਪ੍ਰਬੰਧ ਨਹੀਂ। ਅਤੇ ਮੈਂ ਕਿਹਾ ਕੋਈ ਦੱਸ ਦਿਓ। ਕਹਿਣ ਲੱਗੇ ਇੱਥੇ ਹੋਟਲ ਹੈਗਾ, ਇੱਕ ਬੱਸ ਅੱਡੇ, ਉਹ ਖੁੱਲ੍ਹਾ ਹੈ, ਪੁਲਿਸ ਦਾ ਪਹਿਰਾ ਹੈ, ਹੋਰ ਕਿਤੇ ਨਹੀਂ ਕੋਈ ਚੀਜ਼ ਖੁੱਲ੍ਹੀ। ਮੈਂ ਉਹ ਸਰਦਾਰ ਦਾ ਹੋਟਲ ਸੀ, ਉਹਨੇ ਚਿੱਠੀ ਲਿਖ ਕੇ ਦੇ ਦਿੱਤੀ ਅਤੇ ਮੈਂ ਚਿੱਠੀ ਲੈ ਕੇ ਉਹਦੇ ਕੋਲ ਗਿਆ ਸਰਦਾਰ ਦੇ ਹੋਟਲ 'ਤੇ। ਇੱਕ ਪਾਸੇ ਤਾਂ ਪੱਕੇ ਪਕਾਏ ਆਉਂਦੇ ਨੇ, ਇੱਕ ਪਾਸੇ ਰੋਟੀ ਖਾਣ ਵਾਸਤੇ ਚਿੱਠੀ ਲਿਖਾ ਕੇ ਜਾ ਰਿਹਾ। ਉੱਥੇ ਜਦੋਂ ਹੋਟਲ 'ਤੇ ਗਿਆ, ਉਹਨੇ ਉਹ ਗੁੱਸੇ ਵਿੱਚ ਸੀ, ਇਕੱਠ ਜ਼ਿਆਦਾ, ਖਾਣ ਵਾਲੇ ਜ਼ਿਆਦਾ ਸੀ। ਉਹਨੇ ਚੱਕ ਕੇ ਮਾਰੀ ਚਿੱਠੀ, ਕਹਿੰਦਾ ਗ੍ਰੰਥੀ ਦਾ ਜਿਹਨੂੰ ਜੀ ਕਰਦਾ ਚਿੱਠੀ ਲਿਖ ਕੇ ਦੇ ਦਿੰਦਾ, ਇੱਥੇ ਕੋਈ ਲੰਗਰ ਖੁੱਲ੍ਹਿਆ। ਮੈਂ ਕਿਹਾ ਤੂੰ ਮੈਥੋਂ ਪੈਸੇ ਲੈ ਲਾ, ਮੈਨੂੰ ਉਸ ਤਰ੍ਹਾਂ ਮਾਇਆ ਨਾਲ ਰੋਟੀ ਦੇ ਦੇ। ਕਹਿੰਦਾ ਨਹੀਂ, ਜਾ, ਰੋਟੀ ਮੈਂ ਨਹੀਂ ਦੇਣੀ, ਗ੍ਰੰਥੀ ਨੂੰ ਕਹਿ ਦੇ ਜਾ, ਕਿਉਂਕਿ ਬਾਬਾ ਜੀ ਨੇ ਕਿਹਾ ਸੀ ਜਿੱਥੇ ਮਰਜ਼ੀ ਧੱਕੇ ਖਾਣਾ, ਅਸੀਂ ਨਹੀਂ ਇੱਥੇ ਰੱਖਣਾ। ਉਹ ਧੱਕੇ ਹੀ ਮਿਲ ਰਹੇ ਨੇ, ਪਹਿਲੋਂ ਬਾਜ਼ਾਰ ਵਿੱਚ ਧੱਕੇ ਖਾਧੇ ਰੋਟੀ ਨਹੀਂ ਮਿਲੀ, ਫਿਰ ਉਹਦੇ ਹੋਟਲ 'ਤੇ ਖਾਧੇ ਰੋਟੀ ਨਹੀਂ ਮਿਲੀ, ਗੁਰਦੁਆਰੇ 'ਚ ਖਾਧੇ ਰੋਟੀ ਨਹੀਂ ਮਿਲੀ। ਮੈਂ ਗੁਰਦੁਆਰੇ ਆ ਗਿਆ, ਚਲੋ ਮੈਂ ਕਿਹਾ ਹੁਣ ਸਿਦਕੀ ਕਰੋ। ਗ੍ਰੰਥੀ ਕਹਿੰਦਾ ਖਾ ਹੈ, ਮੈਂ ਕਹਿੰਦੀ ਉਹਨੇ ਇਸ ਤਰ੍ਹਾਂ ਕੀਤਾ। ਕਹਿੰਦਾ ਹੈਗਾ ਹੀ ਮੂਰਖ ਜਿਹਾ ਇਹੋ ਜਿਹਾ, ਇਸੇ ਤਰ੍ਹਾਂ ਦਾ। ਸ਼ਾਮ ਨੂੰ ਕੀਰਤਨ ਹੋਇਆ ਅਤੇ ਮੈਨੂੰ ਗ੍ਰੰਥੀ ਕਹਿੰਦਾ ਵੀ ਲਾਉਣਾ ਟਾਈਮ। ਮੈਂ ਕਿਹਾ ਜੀ ਲਾਉਣਾ ਹੈ। ਉੱਥੇ ਕੋਈ ਜ਼ੋਰ ਹੈਗਾ ਹੈ, ਪਤਾ ਨਹੀਂ ਖੰਡ ਕੀਰਤਨੀ ਜਥੇ ਵਿੱਚੋਂ ਸੀ ਕੌਣ ਸੀ। ਜਦੋਂ ਮੈਂ ਧਾਰਨਾ ਲਾਈ ਨਾ, ਉਹਨਾਂ ਨੇ ਉਦੋਂ ਹੀ ਮੈਨੂੰ ਝੱਗਾ ਖਿੱਚ ਕੇ ਪਿੱਛੇ ਕਰਤਾ। ਧਾਰਨਾ ਮੈਂ ਲਾਈ ਸੀ, ਪਿਆਰੇ ਜੀ ਜਿੱਥੇ ਨਾ ਤੇਰਾ ਮਾਤ ਪਿਤਾ, ਪਿਆਰੇ ਜੀ ਜਿੱਥੇ ਨਾ ਤੇਰਾ ਮਾਤ ਪਿਤਾ।
ਮੁੰਡਾ ਤੋਂ ਕਮਰਾ ਕੀਰਤਨ ਤੋਂ ਹਟਾਤਾ ਪਿੱਛੇ ਬੈਠ ਗਿਆ ਮੈਂ ਕਿਹਾ ਦੇਖੋ ਹੁਣ ਕੀਰਤਨ ਵੀ ਨਹੀਂ ਪਰਵਾ ਕਿਉਂਕਿ ਹੁਕਮ ਹੈ ਧੱਕਿਆਂ ਦਾ ਕੀਰਤਨ ਚੋਂ ਵੀ ਧੱਕੇ ਫਿਰ ਮੈਂ ਉਹਨਾਂ ਦੇ ਪ੍ਰਬੰਧਕਾਂ ਕੋਲ ਗਿਆ ਵੀ ਮੈਨੂੰ ਕੋਈ ਰਹਿਣ ਵਾਸਤੇ ਕਮਰਾ ਦੇ ਦਿਓ ਕਹਿੰਦੇ ਜੀ 5 ਰੁਪਈਏ ਰੋਜ਼ ਦਾ ਕਿਰਾਇਆ ਤੇ ਮੇਰੇ ਕੋਲ ਤਾਂ ਇੰਨੇ ਹੈ ਨਹੀਂ ਸੀ ਜੇ ਮੈਂ 6 ਮਹੀਨੇ ਹੁਕਮ ਸੀ ਵੀ 6 ਮਹੀਨੇ ਨਹੀਂ ਇੱਥੇ ਵੜਨਾ ਬਾਬਾ ਜੀ ਨੇ ਜਦੋਂ ਤੋਰਿਆ ਕਹਿੰਦੇ ਸ਼ਿਮਲੇ ਚਲਾ ਜਾ 6 ਮਹੀਨੇ ਨਹੀਂ ਵੜਨਾ 6 ਮਹੀਨਿਆਂ ਬਾਅਦ ਸੋਚਾਂਗੇ ਕੀ ਕਰਨਾ ਆਖੋ ਸਤਨਾਮ ਸੀ ਮੈਂ ਕਿਹਾ ਮੈਂ ਤਾਂ 6 ਮਹੀਨੇ ਰਹਿਣਾ ਹੈ ਤੇ 6 ਮਹੀਨੇ ਲੰਘਣਗੇ ਕਿਵੇਂ ਉਹ ਫਿਰ ਜਿਹੜਾ ਮੈਨੇਜਰ ਸੀ ਹਿੰਦੂ ਸੀ ਟੋਪੀ ਵਾਲਾ ਉਹ ਕਹਿੰਦਾ ਤੂੰ ਮੇਰੇ ਕੋਲ ਬਾਰੀ ਲੈ ਲਾ ਉਹਦੇ 'ਚ ਰੱਖ ਲਾ ਸਮਾਨ ਕਮਰਾ ਤਾਂ ਪੈਸੇ ਹੈਗੇ ਆ ਤੇ ਲੈ ਲਾ ਮੈਂ ਉਹਦੇ ਕੋਲ ਸਮਾਨ ਰੱਖ ਲਿਆ ਤੇ ਹਾਲ ਚੋਂ ਨਿਕਲਿਆ ਪੈ ਜਾਈ ਇੱਥੇ ਬਾਹਰ ਇਸ਼ਨਾਨ ਪਾਣੀ ਕਰ ਲਈ ਟੁੱਟੀਆਂ ਇੱਕ ਬਾਰੀ ਦੀ ਚਾਬੀ ਲੈ ਕੇ ਸਮਾਨ ਉਹਦੇ ਕੋਲ ਰੱਖਤਾ ਹੈ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਕੀਰਤਨ 'ਚ ਹਾਜ਼ਰੀਆਂ ਭਰੀਆਂ ਕੁਝ ਕੁਝ ਹੰਕਾਰ ਨਿਕਲਿਆ ਤੇ ਸੋਚਿਆ ਵੀ ਹੁਣ 6 ਮਹੀਨੇ ਸ਼ਿਮਲੇ ਦਾ ਨਹੀਂ ਰਿਹਾ ਜਾਣਾ ਉਹ ਪੁਰਾਣੇ ਅੱਡੇ 'ਤੇ ਚੱਲਦੇ ਆ ਕੁੱਲੂ ਮਨਾਲੀ ਵਾਲੇ 'ਤੇ ਉੱਥੇ ਚੰਗੀ ਹੈਗੀ ਸੀ ਪੁੱਛ ਦੱਸ ਨਾਲੇ ਉਹਨਾਂ ਨੇ ਬੜੇ ਜ਼ੋਰ ਨਾਲ ਕਿਹਾ ਸੀ ਆਉਣ ਵਾਸਤੇ ਮੈਂ ਕਿਹਾ ਬਚਨ ਮੰਨ ਲਿਆ ਬਾਬਾ ਜੀ ਦਾ ਸ਼ਿਮਲੇ ਦਾ ਹੁਣ ਮਨਾਲੀ ਨੂੰ ਚੱਲਦੇ ਆ ਜਦੋਂ ਮੈਂ ਸਮਾਨ ਬਾਰੀ 'ਚੋਂ ਕੱਢ ਕੇ ਤੁਰਨ ਲੱਗਾ ਤੇ ਇੱਕ ਮੁੰਡਾ ਆਇਆ ਉਹਨੇ ਆਵਾਜ਼ ਦਿੱਤੀ ਉਹ ਸੁਖੀ ਉੱਠ ਉੱਠ ਮੈਂ ਕਿਹਾ ਵੀ ਇਹ ਕਿਹੜਾ ਕਹਿੰਦਾ ਉੱਠ ਜੱਫੀ ਪਾ ਪੀ ਲਓ ਮਿਲ ਜਦੋਂ ਮੈਂ ਮਿਲਿਆ ਤੇ ਮੈਂ ਦੇਖ ਰਿਹਾ ਵੀ ਇਹ ਕੌਣ ਹੈ ਕਹਿੰਦਾ ਤੂੰ ਮੈਨੂੰ ਪਛਾਣਿਆ ਨਹੀਂ ਮੈਂ ਉਹ ਹੀ ਹਾਂ ਸ਼ਿਮਲਾ ਜਿਹੜਾ ਬਾਬਾ ਸਾਹਿਬ ਸੇ ਵੱਲ ਰਹਿੰਦਾ ਇੱਥੇ ਚੋਲੇ 'ਚ ਰਹਿੰਦਾ ਸੀ ਉੱਥੇ ਦੂਸਰੇ ਕੱਪੜੇ ਸੀ ਕਹਿੰਦਾ ਮੈਂ ਦੁੱਧ ਲੈਣ ਆਇਆ ਤੇ ਮੈਨੂੰ ਕਿਸੇ ਦੱਸਿਆ ਵੀ ਨਾਨਕਸਰੋਂ ਬੇਗਮ ਆਇਆ ਤੇ ਸਿੱਧਾ ਮੈਂ ਗੁਰਦੁਆਰੇ ਆ ਗਿਆ ਕਹਿੰਦਾ ਚੱਲ ਚੱਲੀਏ ਘਰੇ ਉਹ ਥੋੜ੍ਹੀ ਚੜ੍ਹਾਈ ਚੜ੍ਹ ਕੇ ਉਹਨਾਂ ਦਾ ਘਰ ਸੀ ਉੱਥੇ ਘਰੇ ਲੈ ਗਿਆ ਅਤੇ ਉਹਦੀ ਮਾਂ ਪੁੱਛਣ ਲੱਗੀ ਰੋਟੀ ਖਾਣੀ ਕਿ ਖਾਧੀ ਮੈਂ ਕਿਹਾ ਜੀ ਖਾਧੀ ਦਾ ਪਰਸੋਂ ਦੀ ਅਤੇ ਕਹਿੰਦੇ ਕੱਲ੍ਹ ਮੈਂ ਕਿਹਾ ਜੀ ਕੱਲ੍ਹ ਇਸ ਤਰ੍ਹਾਂ ਹੋਇਆ ਪਹਿਲਾਂ ਉੱਥੋਂ ਚੰਡੀਗੜ੍ਹ ਉਤਰ ਕੇ ਆਨੰਦਪੁਰੋਂ ਤੁਰ ਪਿਆ ਫਿਰ ਰਸਤੇ 'ਚ ਨਾ ਕੋਈ ਮਿਲਿਆ ਫਿਰ ਆਉਂਦਿਆਂ ਸ਼ਿਮਲਾ ਬਾਂਸੀ ਕੋਈ ਵੀ ਚੀਜ਼ ਨਹੀਂ ਮਿਲੀ ਅਤੇ ਉਹਨੇ ਫਿਰ ਪਰੌਂਠੇ ਬਣਾਏ ਫਿਰ ਖਾਧੇ ਉਹਨਾਂ ਦੇ ਘਰੇ ਰਹਿਣਾ ਗੁਰਦੁਆਰੇ ਕੀਰਤਨ ਕਰਨਾ ਉੱਥੇ ਭਾਈ ਸੰਤੋਖ ਸਿੰਘ ਦਾ ਗੁਰਦੁਆਰਾ ਹੈ ਸ਼ਿਮਲੀ ਉਸ ਥਾਂ 'ਤੇ ਫਿਰ ਅਸੀਂ ਕੀਰਤਨ ਕਰਨ ਦਾ ਰੋਜ਼ ਦਾ ਸਮਾਂ ਰੱਖ ਲਿਆ ਸਵੇਰੇ ਸ਼ਾਮ ਦਾ ਅਤੇ ਇੱਕ ਦਿਨ ਉਹ ਮੈਨੂੰ ਲੈ ਗਿਆ ਮਦਨ ਮੋਹਨ ਜਿਹੜੇ ਦੋਨੋਂ ਭਰਾ ਗਵੱਈਏ ਸੀ ਉਹਨਾਂ 'ਚ ਇੱਕ ਜੀਂਦਾ ਸੀ ਇੱਕ ਦੀ ਤਾਂ ਡੈਥ ਹੋ ਚੁੱਕੀ ਸੀ ਅਤੇ ਉਹ ਵਾਇਲਨ ਬਹੁਤ ਸੋਹਣੀ ਵਜਾਉਂਦਾ ਸੀ ਮੇਰੇ ਮਨ ਵਿੱਚ ਆਇਆ ਵੀ ਇਹਨਾਂ ਤੋਂ ਵਾਇਲਨ ਸਿੱਖਣੀ ਸ਼ੁਰੂ ਕਰ ਲਈ ਹੁਣ 6 ਮਹੀਨੇ ਰਹਿਣਾ ਤਾਂ ਹੈਗਾ ਹੈ ਅਤੇ ਵਾਇਲਨ ਸਿੱਖਣੀ ਸ਼ੁਰੂ ਕਰ ਲਈ ਫਿਰ ਉੱਧਰੋਂ ਪੂਰਨਮਾਸ਼ੀ ਆ ਗਈ ਮੈਂ ਕਿਹਾ ਵੀ ਹੁਕਮ ਤਾਂ 6 ਮਹੀਨਿਆਂ ਦਾ ਹੈ ਪਰ ਜੇ ਪੂਰਨਮਾਸ਼ੀ ਜਾ ਆਈਏ ਅਤੇ ਨਾਲੇ ਬਾਬਾ ਜੀ ਤੋਂ ਆਗਿਆ ਲੈ ਲਾਂਗੇ ਜੀ ਵਾਇਲਨ ਸਿੱਖਣੀ ਅਤੇ ਤੁਹਾਡਾ ਬਚਨ ਮੈਂ ਮੰਨਾਂਗਾ ਜ਼ਰੂਰ 6 ਮਹੀਨੇ ਰਵਾਂਗਾ ਬਾਬਾ ਜੀ ਨੇ ਕੁਦਰਤੀ ਮਨ ਬਣਾਇਆ ਅਤੇ ਉੱਥੋਂ ਮੈਂ ਸ਼ਿਮਲੇ ਤੋਂ ਫਿਰ ਨਾਨਕਸਰ ਆਇਆ ਇੱਥੇ ਆਉਂਦਿਆਂ ਮਨ ਵਿੱਚ ਆਇਆ ਵੀ ਜੇ ਬਾਬਾ ਜੀ ਨੇ ਬਖਸ਼ ਦਿੱਤਾ ਹੋਊਗਾ ਬਾਬਾ ਜੀ ਐਤਵਾਰ ਦਾ ਦਿਨ ਸੀ ਅਤੇ ਸ਼ਾਮ ਦੇ ਸਮੇਂ ਪਹੁੰਚਿਆ ਬਾਬਾ ਈਸ਼ਰ ਸਿੰਘ ਜੀ ਦੀ ਕੈਸਟ ਲੱਗੀ ਹੋਈ ਮੈਂ ਕਿਹਾ ਬਾਬਾ ਜੀ ਕਹਿੰਦੇ ਵੀ ਕੈਸਟ ਵਿੱਚੋਂ ਵੀ ਜਵਾਬ ਦੇ ਦਿੰਦੇ ਜੇ ਬਾਬਾ ਜੀ ਬਖਸ਼ ਦੇਣਗੇ ਤਾਂ ਉਹ ਫਿਰ ਸ਼ਾਮ ਦਾ ਸਮਾਂ ਹੈ ਕੈਸਟ ਲੱਗੀ ਹੈ ਪੂਰਨਮਾਸ਼ੀ ਤੋਂ ਇੱਕ ਦਿਨ ਪਹਿਲੋਂ ਦਾ ਸਮਾਂ ਹੈ ਉਹਦੇ 'ਚ ਬਾਬਾ ਜੀ ਨੇ ਬਾਬਾ ਜੀ ਇਹ ਪੰਕਤੀ ਬੋਲ ਰਿਹਾ ਕੋਈ ਦਿੱਲੀ ਤੋਂ ਸੰਗਤ ਆਈ ਇਸ ਤਰ੍ਹਾਂ ਕਰਕੇ ਜਿੱਥੇ ਪੁੱਜੇ ਅਸੀਂ ਨਿਮਾਣੇ ਪੈਣ ਸ਼ਾਹਾਂ ਨੂੰ ਧੱਕੇ ਇਸ ਤਰ੍ਹਾਂ ਕਰਕੇ ਬਾਬਾ ਜੀ ਦੇ ਬਚਨ ਸੀ ਉੱਥੋਂ ਫਿਰ ਦਾਸ ਇੱਧਰ ਬਾਗ ਚਲਾ ਗਿਆ ਅਤੇ ਭਾਈ ਗੁਰਮੇਲ ਸਿੰਘ ਜੀ ਨਾਲ ਦਾਸ ਦਾ ਪ੍ਰੇਮ ਸੀ ਉਹਦੇ ਕੋਲ ਹੀ ਰਹਿਣਾ ਉਹਨਾਂ ਮੈਨੂੰ ਕਹਿਣ ਲੱਗਾ ਵੀ
ਕਿੱਥੋਂ? ਮੈਂ ਕਿਹਾ ਸ਼ਿਮਲੇ ਤੋਂ ਆਇਆ। ਬਾਬਾ ਜੀ ਨੇ ਕਿਹਾ ਅਸੀਂ ਸ਼ਿਮਲੇ ਉੱਥੇ ਹੀ ਰਿਹਾ। ਕਹਿੰਦੇ ਵੀ ਹੁਣ, ਮੈਂ ਕਿਹਾ ਹੁਣ ਮੈਂ ਵਾਪਸ ਚਲੇ ਜਾਣਾ, ਮੇਰਾ ਵਾਇਲਨ ਸਿੱਖਣ ਦਾ ਇਰਾਦਾ ਹੈ, ਸਿਰਫ ਆਗਿਆ ਲੈਣ ਵਾਸਤੇ ਆਇਆ ਮੈਂ। ਕਹਿਣ ਲੱਗਾ ਵੀ ਹੁਣ ਆਗਿਆ ਨਾ ਲਏ, ਤੂੰ ਮੇਰੀ ਮਨ ਬਾਬਾ ਜੀ ਤੋਂ ਮਾਫ਼ੀ ਮੰਗ, ਚਰਨਾਂ 'ਤੇ ਢਹਿ ਪਓ ਵੀ ਜਿਵੇਂ ਹੈਗਾ ਬਖਸ਼ ਦੇ। ਅਤੇ ਬਾਬਾ ਜੀ ਤੋਂ ਮਾਫ਼ੀ ਮੰਗ ਲਾ, ਜਾਣਾ ਇੱਥੇ ਹੀ ਰਹੋ। ਮੈਂ ਕਿਹਾ ਠੀਕ ਹੈ, ਮੈਂ ਇਸੇ ਤਰ੍ਹਾਂ ਹੀ ਕਰ ਲੈਂਦਾ। ਪੂਰਨਮਾਸ਼ੀ ਦੇ ਦਿਨ ਬਾਬਾ ਜੀ ਦੇ ਦਰਸ਼ਨ ਨਹੀਂ ਅਜੇ ਹੋਏ। ਸ਼ਾਮ ਨੂੰ ਦਾਸ ਕਹਿਣ ਲੱਗਾ ਬਾਬਾ ਜੀ ਹੁਣ ਕੁਝ ਇੱਕ ਦਿਨ ਪੁੱਛਦੇ ਸੀ ਵੀ ਪਤਾ ਨਹੀਂ ਕਿੱਥੇ ਫਿਰਦਾ ਹੋਏਗਾ। ਕਹਿੰਦੇ ਇਸ ਤਰ੍ਹਾਂ ਬਚਨ ਕੀਤਾ ਸੀ, ਕਹਿੰਦੇ ਪਤਾ ਨਹੀਂ ਕਿੱਥੇ ਫਿਰਦਾ ਹੋਏਗਾ, ਅਤੇ ਹੁਣ ਕੁਝ ਨਰਮੇ ਤੈਨੂੰ ਮਾਫ਼ੀ ਮਿਲ ਜਾਏਗੀ। ਫਿਰ ਪੂਰਨਮਾਸ਼ੀ ਨੂੰ ਉਦਾਸ ਬੈਠਾ ਹੈ ਜਾ ਕੇ ਕੀਰਤਨ ਦੇ ਵਿੱਚ, ਮਨ ਵਿੱਚ ਧਾਰੀ ਹੈ ਕਿ ਜੇ ਬਾਬਾ ਕੁੰਦਨ ਸਿੰਘ ਜੀ ਪ੍ਰਸੰਨਤਾ 'ਚ ਹੋਣਗੇ ਅਤੇ ਵਾਪਸ ਆ ਕੇ ਸਿੰਘ ਛਿੜਕੇ ਜਾਣ। ਜਿਹੜੇ ਪਾਸੇ ਮੈਂ ਬੈਠਾ ਬਾਬਾ ਜੀ ਪਹਿਲੋਂ ਅੱਗੇ ਗਏ ਨੇ, ਛਿੜਕੇ ਵਾਪਸ ਜਾ ਰਹੇ ਸੀ, ਮਨ 'ਚ ਫੁਰਨਾ ਬਣਾ ਲਿਆ, ਫਿਰ ਉੱਥੋਂ ਵਾਪਸ ਪਰਤ ਕੇ ਜਿੱਥੇ ਮੈਂ ਬੈਠਾ ਉੱਥੋਂ ਛਿੜਕੇ ਫਿਰ ਗਾਂਹ ਨੂੰ ਚਲੇ ਗਏ। ਪਰ ਜਦੋਂ ਮੈਂ ਸਾਹਮਣੇ ਜਾਂਦਾ ਝਾਕਦੇ ਨਹੀਂ, ਬੁਲਾਉਂਦੇ ਨਹੀਂ, ਗੱਲ ਨਹੀਂ ਕਰਦੇ, ਪਰ ਜਦੋਂ ਕੋਈ ਅਜਮਾ ਕੇ ਦੇਖਦਾ ਤੇ ਉਧਰੋਂ ਜਵਾਬ ਮਿਲਦਾ ਵੀ ਪ੍ਰਸੰਨ। ਦੋ ਦਿਨ ਐਵੇਂ ਲੰਘੇ, ਫਿਰ ਮੈਂ ਸੋਚਿਆ ਵੀ ਬਾਬਾ ਜੀ ਬਿਲਕੁਲ ਨਹੀਂ ਬੁਲਾ ਰਹੇ ਤੇ ਮਾਫ਼ੀ ਮੰਗੀਏ ਕਿਵੇਂ। ਫਿਰ ਇੱਕ ਕਵਿਤਾ ਲਿਖੀ ਵੀ ਕਵਿਤਾ ਰਾਹੀਂ ਦੀਵਾਨ ਵਿੱਚ ਪੜਾਂਗੇ ਤੇ ਫਿਰ ਬਾਬਾ ਜੀ ਤੱਕ ਪਹੁੰਚ ਜਾਏਗੀ। ਉਹ ਕੀਰਤਨ ਤਾਂ ਸੁਣਨਗੇ ਨਾ, ਇਸ ਤਰੀਕੇ ਮਾਫ਼ੀ ਮੰਗਦੇ ਆ। ਕਵਿਤਾ ਲਿਖ ਕੇ ਜਦੋਂ ਮੈਂ ਦੀਵਾਨ ਵਿੱਚ ਸਵੇਰੇ ਅੰਮ੍ਰਿਤ ਵੇਲੇ ਗਿਆ ਤੇ ਸੰਤ ਭਜਨ ਸਿੰਘ ਜੀ ਉਦੋਂ ਪਹਿਲੀ ਡਿਊਟੀ ਕਰਦੇ ਸੀ, ਬਾਅਦ ਵਿੱਚ ਭਾਈ ਸੇਵਾ ਸੋਣੀ ਕਰਦੇ ਸੀ, ਵੱਡੇ ਸੇਵਾ ਸੋਣੀ। ਸੰਤ ਭਜਨ ਸਿੰਘਾਂ ਤੋਂ ਮੈਂ ਟਾਈਮ ਮੰਗਿਆ ਵੀ ਮੈਂ ਸ਼ਬਦ ਪੜ੍ਹਨਾ ਹੈ। ਕਹਿਣ ਲੱਗੇ ਵੀ ਤੈਨੂੰ ਟਾਈਮ ਸ਼ਬਦ ਦਾ ਟਾਈਮ ਨਹੀਂ ਦੇਣਾ, ਬਾਬਾ ਜੀ ਤੇਰੇ ਨਾਲ ਨਾਰਾਜ਼ ਹੈ, ਜੇ ਤੈਨੂੰ ਟਾਈਮ ਦੇਤਾ ਤਾਂ ਮੇਰੇ ਵੀ ਪੈਣਗੇ ਵੀ ਇਹਨੂੰ ਟਾਈਮ ਕਿਉਂ ਦਿੱਤਾ। ਮੈਂ ਕਿਹਾ ਜੀ ਤੁਹਾਨੂੰ ਪਤਾ ਨਹੀਂ, ਮੈਂ ਤਾਂ ਮਾਫ਼ੀ ਮੰਗ ਲਈ ਸੀ ਰਾਤ, ਹੁਣ ਮੈਂ ਕਿਹਾ ਇੱਥੇ ਥੋੜ੍ਹਾ ਜਿਹਾ ਝੂਠ ਬੋਲਣਾ ਪਏਗਾ। ਕਹਿੰਦੇ ਨਹੀਂ ਸੱਚੀ ਹੈ। ਮੈਂ ਕਿਹਾ ਸੱਚੀ ਹੈ, ਉਹ ਇਸ ਤਰ੍ਹਾਂ ਬਚਨ ਕਰਦੇ ਸੱਚੀ ਹੈ। ਮੈਂ ਕਿਹਾ ਸੱਚੀ ਹੈ, ਮੈਂ ਰਾਤ ਬਾਬਾ ਜੀ ਤੋਂ ਮਾਫ਼ੀ ਮੰਗ ਲਈ ਸੀ ਅਤੇ ਬਾਬਾ ਜੀ ਹੁਣ ਠੀਕ ਨੇ, ਖੁਸ਼ ਨੇ। ਕਹਿੰਦੇ ਵੇਖੀ ਕਿਤੇ ਮੈਨੂੰ ਨਾ ਬਾਬਾ ਜੀ ਦੀ ਤਾੜਨਾ ਹੋ ਗਈ। ਮੈਂ ਕਿਹਾ ਨਹੀਂ ਜੀ, ਮੈਂ ਮਾਫ਼ੀ ਮੰਗ ਲਈ ਸੀ। ਉਹ ਕਵਿਤਾ ਫਿਰ ਦਾਸ ਨੇ ਪੜ੍ਹੀਏ, ਭਾਈ ਨੀਲੀ ਬਾਬਾ ਜੀ ਦੇ ਤੇਲ ਮਲਣ ਦੀ ਸੇਵਾ ਕਰ ਰਿਹਾ ਕਮਰੇ 'ਚ। ਉਹਨੇ ਦੱਸਿਆ ਕਿ ਬਾਬਾ ਜੀ ਨੇ ਆਪਦੇ ਕਮਰੇ 'ਚ ਇੱਕ ਸਪੀਕਰ ਲਾਇਆ ਹੋਇਆ ਨਾ, ਉਹਦੀ ਸੁੱਚ ਬੰਦ ਵੀ ਕਰਾ ਲੈਂਦੇ ਆ, ਛਡਾ ਵੀ ਲੈਂਦੇ ਆ ਜਦੋਂ ਕੀਰਤਨ ਸੁਣਨਾ ਹੋਵੇ। ਉਹ ਕਹਿਣ ਲੱਗਾ ਜਦੋਂ ਤੂੰ ਸ਼ੁਰੂ ਕੀਤਾ ਸ਼ਬਦ, ਬਾਬਾ ਜੀ ਮੈਨੂੰ ਤੇਲ ਮਲਣ ਤੋਂ ਰੋਕ ਦਿੱਤਾ ਹੈ। ਕਹਿੰਦੇ ਸੁੱਚਾ ਨਹੀਂ। ਕਹਿੰਦੇ ਉਹਨੇ ਦੱਸਿਆ ਬਾਅਦ 'ਚ ਵੀ ਉਹ ਸਾਰਾ ਸ਼ਬਦ ਬਾਬਾ ਜੀ ਨੇ ਸੁਣਿਆ। ਉਹ ਆਹ ਕਵਿਤਾ ਸੀ, ਕੁਝ ਕੁਝ ਯਾਦ ਹੈ, ਕਈ ਗੱਲਾਂ ਵਿੱਚ ਭੁੱਲੀਆਂ ਵੀ। ਰੱਖ ਪ੍ਰਭੂ ਭਾਵੇਂ ਮਾਰ, ਤੂੰ ਹੈ ਮੇਰਾ ਮਾਤ ਪਿਤਾ ਭਾਵੇਂ। ਰੱਖ ਪ੍ਰਭੂ ਭਾਵੇਂ ਮਾਰ, ਤੂੰ ਹੈ ਸਾਡਾ ਮਾਤ ਪਿਤਾ।
ਭਾਵੇਂ ਰਾਖ ਪ੍ਰਭੂ ਜੀ ਭਾਵੇਂ ਮਾਂ ਤੂੰ ਹੈ ਮੇਰਾ ਮਾਤ ਪਿਤਾ ਭਾਵੇਂ ਰਾਖ ਪ੍ਰਭੂ ਭਾਵੇਂ ਮਾਂ ਤੂੰ ਹੈ ਮੇਰਾ ਮਾਤ ਪਿਤਾ ਹਉਮੇ ਵਾਲਿਆਂ ਦੇ ਸਾਹਮਣੇ ਬੈਠਿਆਂ ਦੇ ਵੀ ਮਿਲਾਪ ਨਹੀਂ ਹੁੰਦੇ। ਜਦ ਨਿਮਰਤਾ ਪ੍ਰੇਮ ਸ਼ਰਧਾ ਅਰਦਾਸ ਹੋਵੇ ਬੈਠਿਆਂ ਨੂੰ ਸੰਦੇਸ਼ੇ ਆਉਂਦੇ ਆ। ਆਖੋ ਸ੍ਰੀ ਵਾਹਿਗੁਰੂ ਜੀ। ਜਦੋਂ ਮੈਂ ਕੀਰਤਨ ਕਰਕੇ ਉੱਠਿਆ ਯਾਦ ਨਹੀਂ ਇੱਕ ਖੜਾ ਪਿੱਛੇ ਉਹਨੇ ਮੈਨੂੰ ਹੱਥ ਲਾਇਆ ਤੇ ਬਾਹਰ ਬਣਾ ਲਿਆ। ਕਹਿਣ ਲੱਗਾ ਤੈਨੂੰ ਬਾਬਾ ਜੀ ਦਾ ਹੁਕਮ ਏ ਬਾਪੂ ਹਮੀਰ ਸਿੰਘ ਤੋਂ ਕਿਰਾਇਆ ਲੈ ਕੇ ਝੋੜਾ ਚਲਾ ਜਾ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਮੇਰੇ ਮਨ ਵਿੱਚ ਮੈਂ ਬਾਬਾ ਜੀ ਤੋਂ ਮੁੱਖੋ ਖੋਣਾ ਆਪ ਬਚਨ ਕਰਨ ਫਿਰ ਜਾਵਾਂ। ਮੈਂ ਆਪਣਾ ਕਸ਼ਹਿਰਾ ਤੌਲੀਆ ਸੀ ਇਕੱਲਾ ਲੈ ਕੇ ਆਇਆ, ਸਮਾਨ ਸ਼ਿਮਲੇ ਛੱਡਾਂਦਾ ਸੀ। ਭਾਈ ਗੁਰਮੇਲ ਸਿੰਘ ਨੇ ਮੈਨੂੰ ਰਾਹ ਦੱਸਿਆ ਕਿ ਹੁਣ ਇਹ ਨਾ ਕਹੀ ਮੈਂ ਜਾਣਾ, ਸਮਾਨ ਫਿਰ ਆਪੇ ਕਿਤੇ ਲੈ ਆਵੀਂ, ਬਸ ਇੰਨਾ ਹੀ ਕਹਿਣਾ ਜੀ ਮੈਨੂੰ ਬਖਸ਼ ਲਓ। ਬਾਬਾ ਜੀ ਭਾਈ ਪ੍ਰੀਤਮ ਸਿੰਘ ਖੜਿਆ ਕਹਿੰਦੇ ਬਾਬਾ ਜੀ ਪਿੱਛੇ ਭੋਗ ਪੈ ਰਹੇ ਨੇ ਪਾਠਾਂ ਦੇ, ਪਾਠ ਰੱਖੇ ਆ, ਜਦੋਂ ਬਾਹਰ ਨਿਕਲ ਗਏ ਉਹਦੇ ਚਰਨ ਫੜਦੇ। ਬਾਬਾ ਜੀ ਬੈਠੇ ਭੋਗ ਪਏ ਪਾਠਾਂ ਦੇ, ਸਿੰਟ ਛਿੜਕਿਆ ਬਾਬਾ ਜੀ ਨੇ ਆਣ ਕੇ ਜਿਹੜੇ ਬੈਠੇ ਸਨ। ਜਦੋਂ ਮੇਰੇ ਵੱਲ ਆਏ ਤੇ ਮੈਂ ਚਰਨਾਂ ਤੇ ਢਹਿ ਪਿਆ, ਚਰਨ ਫੜ ਲਏ, ਮੈਂ ਕਿਹਾ ਜੀ ਬਖਸ਼ ਲਓ। ਬਾਬਾ ਜੀ ਨੇ ਕੋਈ ਨਾ ਬੋਲਿਆ। ਮੈਂ ਕਸ਼ਹਿਰਾ ਤੌਲੀਆ ਆਪਣਾ ਲੈ ਕੇ ਖੜਾ ਸੀ, ਬਾਬਾ ਜੀ ਬਾਹਰ ਕਿਰਿਆ ਸੋਧ ਕੇ ਬਾਹਰ ਵਾਪਸ ਆਏ ਤੇ ਤਿੰਨ ਬਚਨ ਦਾਸ ਨੂੰ ਕਾਫੀ ਮਹੀਨਿਆਂ ਬਾਅਦ ਉਹ ਤਿੰਨ ਬਚਨ ਕੀਤੇ ਬਾਬਾ ਜੀ ਨੇ। ਆਖ ਸਤਨਾਮ ਸ੍ਰੀ ਵਾਹਿਗੁਰੂ ਜੀ। ਕਹਿੰਦੇ ਝੋੜਾ ਚਲਾ ਜਾ, ਜੱਸੀ ਨੂੰ ਵਾਜਾ ਸਿਖਾਉਣਾ, ਵਿਹਲਾ ਨਹੀਂ ਰਹਿਣਾ। ਉਹ 2 ਰੁਪਈਏ ਮੈਂ ਬਾਪੂ ਅਮੀਰ ਸਿੰਘ ਤੋਂ ਲੈ ਕੇ ਝੋੜਾ ਚਲਾ ਗਿਆ। ਉੱਥੇ ਜਾ ਕੇ ਹੁਕਮ ਸੀ ਵਿਹਲਾ ਨਹੀਂ ਰਹਿਣਾ, ਜੱਸੀ ਨੂੰ ਵਾਜਾ ਸਿਖਾਉਣਾ ਹੈ ਤੇ ਵਿਹਲੇ ਨਹੀਂ ਰਹਿਣਾ। ਸਵੇਰੇ ਸ਼ਾਮ ਕੀਰਤਨ ਕਰਨਾ, ਸਾਰਾ ਦਿਨ ਬੂਟਿਆਂ ਨੂੰ ਪਾਣੀ ਪਾਉਣਾ, ਜਦੋਂ ਥੱਕ ਜਾਣਾ ਉਦੋਂ ਬਹਿ ਜਾਣਾ, ਨਾਲੇ ਵਾਜਾ ਸਿਖਾ ਦੇਣਾ। ਇਵੇਂ 15 ਦਿਨ ਲੰਘੇ, 15-20 ਦਿਨ ਲੰਘੇ। ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨੇ ਉੱਥੇ ਆਉਣਾ ਸੀ ਲੁਧਿਆਣਾ, ਆਪਣੇ ਝੋੜੀ ਪਿੰਡ ਦੇ ਵਿੱਚ ਪ੍ਰੋਗਰਾਮ ਸੀ। ਜਿਹੜੇ ਦੂਜੇ ਸੇਵਾਦਾਰ ਉਹ ਕਹਿੰਦੇ ਵੀ ਚੱਲੀਏ ਉੱਥੇ, ਮੈਂ ਕਿਹਾ ਜੀ ਮੇਰੀ ਤਾਂ ਇੱਥੇ ਡਿਊਟੀ ਹੈ, ਹੁਕਮ ਹੈ, ਇੱਥੋਂ ਨਹੀਂ ਬਾਹਰ ਪੈਰ ਪੱਟਣਾ, ਆਪੇ ਯਾਰ ਹੋਣਗੇ ਮਿਲਣਗੇ ਆਪੇ। ਉਹ ਸਾਰੇ ਚਲੇ ਗਏ ਤੇ ਮੈਂ ਉੱਥੇ ਰਹਿ ਗਿਆ। ਨਾਲੇ ਜੋ ਹੁਕਮ ਸੀ ਬਾਬਾ ਜੀ ਦਾ ਉਹੋ ਹੀ, ਜਾਂ ਸੇਵਾ ਕਰਨੀ, ਜਾਂ ਪਾਣੀ ਪਾਉਣਾ, ਜਾਂ ਕੀਰਤਨ ਕਰਨਾ, ਵਿਹਲੇ ਨਹੀਂ ਰਹਿਣਾ। ਬਾਬਾ ਜੀ ਨੇ ਗੱਡੀ ਸਿੱਧੀ ਕਹਿੰਦੇ ਪਹਿਲਾਂ ਠਾਠ 'ਚ ਚੱਲਾਂਗੇ। ਸਿੱਧੇ ਆਏ ਤੇ ਮੈਂ ਸਾਹਮਣੇ ਖੜਾ ਸੀ। ਬੜੀ ਖੁਸ਼ੀ ਨਾਲ ਬਾਬਾ ਜੀ ਨੇ ਆਵਾਜ਼ ਮਾਰੀ, ਕਹਿਣ ਲੱਗੇ ਤੇਰੇ ਕਰਕੇ ਆਏ ਹਾਂ। ਉਸ ਦਿਨ ਰਾਤ ਪਹਿਲੋਂ ਦਾਸ ਨੂੰ ਸੁਪਨਾ ਵੀ ਆਇਆ। ਇੱਕ ਖੂਹ ਏ, ਬਾਬਾ ਕੁੰਦਨ ਸਿੰਘ ਜੀ ਨੇ, ਬਾਬਾ ਕੇਰ ਸਿੰਘ ਜੀ ਨੇ ਤੇ ਦਾਸ, ਹੋਰ ਇੰਨਾ ਨਹੀਂ ਮੈਨੂੰ ਕੋਈ ਜ਼ਿਆਦਾ ਪਤਾ। ਬਾਬਾ ਕੇਰ ਸਿੰਘ ਜੀ ਨੇ ਛਾਲ ਮਾਰੀ ਏ ਖੂਹ ਤੋਂ, ਲੰਘੇ ਤੇ ਬਾਬਾ ਕੁੰਦਨ ਸਿੰਘ ਜੀ ਮੈਨੂੰ ਕਹਿੰਦੇ ਤੂੰ ਵੀ ਛਾਲ ਮਾਰ ਤੇ ਲੰਘ। ਮੈਂ ਵੀ ਛਾਲ ਮਾਰੀ ਪਿੱਛੇ ਉਸ ਖੂਹ ਤੋਂ ਲੰਘ ਗਿਆ। ਬਾਬਾ ਕੁੰਦਨ ਸਿੰਘ ਜੀ ਨੇ ਉਸ ਦਿਨ ਫਿਰ ਆਣ ਕੇ ਬੜੀ ਖੁਸ਼ੀ ਨਾਲ ਬੁਲਾ ਕੇ ਕਹਿਣ ਲੱਗੇ ਤੈਨੂੰ ਲੈਣ ਵਾਸਤੇ ਆਏ ਹਾਂ, ਤੇਰੇ ਬਗੈਰ ਲੁਧਿਆਣੇ ਦੀਆਂ ਕੰਧਾਂ ਰੋ ਰਹੀਆਂ ਨੇ, ਤੇਰੀ ਸਿੱਖੀ ਸੇਵਕੀ ਵੀ ਸਾਰੀ ਪਿੱਛੇ ਹਟ ਗਈ ਹੈ, ਤੇ ਚੱਲ ਤੈਨੂੰ ਲੈਣ ਵਾਸਤੇ ਆਏ ਹਾਂ।
ਉੱਥੋਂ ਬਾਬਾ ਜੀ ਨੇ ਸਵੇਰੇ ਬਿਠਾਇਆ ਨਾਲ, ਇੱਥੇ ਲੈ ਆਉਂਦਾ, ਇੱਥੋਂ ਸ਼ਾਮੀ ਸੇਵਾ ਕਰਕੇ ਨਾਲ ਬਿਠਾਇਆ। ਅਤੇ ਲੋਹੇ ਦਾ ਗੇਟ ਲੱਗਿਆ ਸੀ ਲੁਧਿਆਣੇ ਗੁਰਦੁਆਰੇ, ਗੱਡੀ ਖਿਡਾਰੀ। ਬਾਬਾ ਜੀ ਕਹਿੰਦੇ ਆਪਦੇ ਘਰ ਦਾ ਬੂਹਾ ਖੋਲ, ਅਤੇ ਮੈਂ ਉਤਰਿਆ, ਮੈਂ ਬੂਹਾ ਖੋਲਿਆ, ਬਾਬਾ ਜੀ ਉੱਥੇ ਬਿਠਾ ਕੇ ਅਤੇ ਫਿਰ ਵਾਪਸ ਨਾਨਕਸਰ ਆ ਗਿਆ। ਬੋਲੋ ਭਾਈ ਜੀ ਵਾਹਿਗੁਰੂ। ਇੱਥੇ ਸਮਾਪਤੀ ਹੈ। ਆਓ ਸਾਰੇ ਇਸ ਦਰ 'ਤੇ ਜਿਹਦੇ ਜਦਾਈਆਂ ਵਿੱਚ ਜਾਂ ਕਿਸੇ ਦਮ ਮਾਰਿਆ ਨਹੀਂ ਕੁਝ ਹੁੰਦਾ। ਇਹ ਇੱਕੋ ਹੀ ਘਰ ਹੈ ਜਿੱਥੇ ਹਾਰਨ ਦੀ ਲੋੜ ਹੈ। ਹਾਰ ਪਰੇ ਹੋ ਸਵਾਮੀ ਕੇ ਦੁਆਰੇ, ਹਾਰ ਪਰੇ ਹੋ ਸਵਾਮੀ ਕੇ ਦੁਆਰੇ। ਕਰ ਗਏ
ਉਹ ਜਨਮ ਜਨਮ ਕੇ ਮੀਤ ਚਰਨਾ ਦਾਸੀ ਕਰ ਲਈ ਨਾਨਕ ਪ੍ਰਭ ਜੀ ਮੇਰੇ ਜਨਮ ਜਨਮ ਦੇ ਮੀਤ ਚਰਨਾ ਨਾਲ ਜੋੜ ਮੇਰੇ ਜਨਮ ਜਨਮ ਦੇ ਮੀਤ ਚਰਨਾ ਨਾਲ ਜੋੜ ਲਈ ਚਰਨਾ ਨਾਲ ਜੋੜ ਲਏ ਜਨਮ ਜਨਮ ਦੇਵੀ ਚਰਨਾ ਨਾਲ ਜੋੜ ਲਏ ਫਿਰ ਜਨਮ ਜਨਮ ਦੇਵੀ ਚਰਨਾ ਨਾਲ ਜੋੜ ਲਏ ਦੇਵੀ ਤੇ ਚਰਨਾ ਨਾਲ ਜੋੜ ਫਿਰ ਜਨਮ ਜਨਮ ਦੇਵੀ ਚਰਨਾ ਨਾਲ ਜੋੜ ਲਏ ਵਾਹਿਗੁਰੂ ਹਾਜ਼ਰੀ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਧੰਨ ਗੁਰੂ ਨਾਨਕ।